ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡੇ ਖਾਸ ਸ਼ੋਅ ਤਾਜ਼ਾ ਬਿਆਨ ਨੂੰ ਭਰਮਾ ਹੁੰਗਾਰਾ ਮਿਲ ਰਿਹਾ, ਜਿਸ ਵਿੱਚ ਅਸੀਂ ਪੰਜਾਬ ਭਰ ਦੇ ਅਤੇ ਦਿੱਲੀ ਦੇ ਪ੍ਰਮੁੱਖ ਬਿਆਨ ਪ੍ਰਸਾਰਿਤ ਕਰਦੇ ਹਾਂ। ਅਸੀਂ ਵਿਖਾਉਂਦੇ ਹਾਂ ਕਿ ਕਿਵੇਂ ਲੀਡਰ ਇੱਕ ਦੂਸਰੇ 'ਤੇ ਸਿਆਸੀ ਇਲਜ਼ਾਮਬਾਜ਼ੀਆਂ ਲਾ ਰਹੇ ਨੇ। ਆਓ ਸੁਣਦੇ ਹਾਂ ਅੱਜ ਦੇ ਬਿਲਕੁਲ ਤਾਜ਼ਾ ਬਿਆਨ। 60 ਸਾਲ ਹੋ ਗਏ, ਆਪਣੇ ਬਜ਼ੁਰਗਾਂ ਨੂੰ ਪੁੱਛੋ ਅਸੀਂ ਕਿੰਨੇ ਕੁ ਦੇਸ਼ ਭਗਤ ਹਾਂ। ਅਰੇ ਰਾਜਨੀਤੀ ਮੈਚ ਕਰ ਰਹੇ ਹਾਂ, ਬਿਲਕੁਲ ਠੀਕ ਗੱਲ ਹੈ। ਇਹ ਬੇਅਦਬੀ ਦਾ ਜਮਾ ਹੀ ਦਰਦ ਨਹੀਂ ਹੈਗਾ ਕਾਂਗਰਸ ਪਾਰਟੀ ਨੂੰ। ਜੇ ਮਾੜਾ ਮੋਟਾ ਵੀ ਦਰਦ ਹੁੰਦਾ ਬੇਅਦਬੀ ਦਾ, ਤਾਂ 2.5 ਸਾਲ ਨਿਕਲ ਗਏ ਪੁਲਿਸ, ਇਹਨਾਂ ਦੀ ਪ੍ਰਸ਼ਾਸਨ, ਇਹਨਾਂ ਦੀ ਸਰਕਾਰ, ਇਹਨਾਂ ਦਾ ਫੜ ਕੇ ਬੰਦਿਆਂ ਨੂੰ ਚੌਕ 'ਚ ਖੜੇ ਹੋ ਕੇ ਜੁੱਤੀਆਂ ਨਾਲ ਉਹਨਾਂ ਦਾ ਹਾਲਤ ਵਿਗਾੜਨੀ ਸੀਗੀ। ਲੇਕਿਨ ਹਕੀਕਤ ਹੈ, ਇਕੱਲੇ ਵੋਟਾਂ ਦੇ ਵੇਲੇ ਸਿਆਸੀਕਰਨ ਕਰਕੇ, ਮੈਂ ਤਾਂ ਕਹਿੰਦੀ ਇੰਨੀ ਵੱਡੀ ਚੀਜ਼ ਬੇਅਦਬੀ ਦੇ ਉੱਤੇ ਜੇ ਦੁਕਾਨਦਾਰੀ ਕਾਂਗਰਸ ਪਾਰਟੀ ਕਰ ਰਹੀ ਹੈ, ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਸਿਆਸੀਕਰਨ ਤੋਂ ਉੱਪਰ ਉੱਠ ਕੇ ਕਰ ਲੈ, ਬਾਦਲਾਂ ਨੂੰ ਨਿਸ਼ਾਨਾ ਬਣਾ ਕੇ ਤੁਸੀਂ ਗੁਰੂ ਸਾਹਿਬ ਨੂੰ ਤਾਂ ਨਾ ਵਰਤੋ। ਕਿਹਨੇ ਕਰਾਈ ਹੈ ਇਹ? ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਪੰਜਾਬ ਸੀ। ਦੁਨੀਆ ਜਾਣਦੀ ਹੈ ਕਿ ਬੇਅਦਬੀ ਹੋਈ। ਮੱਕੜ ਨੇ ਬਿਆਨ ਦਿੱਤਾ ਹੈ, ਜਿਹੜਾ ਸਰਬਜੀਤ ਸਿੰਘ ਮੱਕੜ, ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰਿਹਾ, ਉਹਦੀ ਵੀਡੀਓ ਵਾਇਰਲ ਹੋ ਰਹੀ ਹੈ। ਮੈਂ ਨਹੀਂ ਕਹਿ ਰਿਹਾ, ਜਿਹਨੂੰ 10 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਰੱਖਿਆ, ਬ੍ਰਹਮਪੁਰਾ ਕਹਿ ਰਿਹਾ, ਰਤਨ ਸਿੰਘ ਜਨਾਲਾ ਕਹਿ ਰਿਹਾ, ਢੀਂਡਸੇ ਨੇ ਕਿਹਾ ਕਿ ਅਸੀਂ ਪੰਥ ਦੇ ਦੋਸ਼ੀ ਹਾਂ, ਗਲਤੀਆਂ ਸਾਡੇ ਤੋਂ ਹੋਈਆਂ। ਬਾਦਲ ਪਰਿਵਾਰ ਨੇ ਮਾਫ਼ੀ ਮੰਗੀ, ਗੁਨਾਹਾਂ ਬਖਸ਼, ਉੱਥੇ ਸੇਵਾ ਕਰਕੇ ਆਏ। ਪਰ ਕਿਹਨੇ ਚੌਂਕ ਦੇ ਵਿੱਚ ਗੋਲੀ ਚਲਾਈ, ਕਿਹਨੇ ਸਿੱਖਾਂ ਨੂੰ ਮਾਰਿਆ, ਕਿਹਨੇ ਸਿੱਖਾਂ ਨੂੰ ਕੁੱਟਿਆ, ਕਿਹਨੇ ਦੋ ਸਿੰਘ ਮਾਰੇ, ਪੁਲਿਸ ਦੇ ਫਿਰ ਕਾਰਵਾਈ ਕਿਉਂ ਨਹੀਂ ਕੀਤੀ ਤੂੰ? ਕਾਂਗਰਸ ਪਾਰਟੀ ਨੇ ਉਸ ਅਫਸਰ ਨੂੰ ਜਿਹਨੇ ਦੋ ਸਿੱਖਾਂ ਨੂੰ ਮਾਰਿਆ ਸੀ ਬਗਰਾੜੀ ਬਹਿਬਲ ਕਲਾਂ, ਫੜ ਕੇ 302 ਦਾ ਮੁਕੱਦਮਾ ਦੇ ਕੇ ਅੰਦਰ ਕੀਤੇ, ਕੀ ਉਹ ਅਸੀਂ ਗਲਤ ਕਰਤੇ? ਕੀ ਇਹਦਾ ਮਤਲਬ ਉਹ ਨਜਾਇਜ਼ ਹੋਏ? ਗ੍ਰਹਿ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਸੀ, ਐਵੇਂ ਪਖੰਡ ਨਾ ਕਰੇ, ਝੂਠਾ ਆਦਮੀ ਹੈ। ਇੱਕ ਨੰਬਰ ਦਾ ਅਗਰ ਪੰਜਾਬ 'ਚ ਕੋਈ ਝੂਠਾ ਆਦਮੀ ਹੈ, ਉਹ ਸੁਖਬੀਰ ਸਿੰਘ ਬਾਦਲ ਹੈ। ਇਹ ਖਾਧੀ ਪੀਤੀ 'ਚ ਨੂੰ ਪਤਾ ਨਹੀਂ ਲੱਗਦਾ ਇਹ ਕਹਿੰਦਾ ਕੀ ਹੈ, ਆਪਦਾ ਸੋਚ ਕੇ ਬੋਲੇ। ਦੇਖੋ, ਸੈਮ ਪਟਰੋਦਾ ਦੀ ਜਿਹੜੀ ਸਟੇਟਮੈਂਟ ਆਈ ਹੈ ਉਹ ਬਹੁਤ ਹੀ ਘਟੀਆ, ਬਹੁਤ ਹੀ ਮੰਦਭਾਗੀ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਜਿਹੜੀ ਹੈ ਉਹ ਸਟੇਟਮੈਂਟ। ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਾਂਗਰਸ ਨੂੰ ਸ਼ਰਮ ਨਹੀਂ ਆਉਂਦੀ ਕਿ ਸਾਨੂੰ ਇਹੋ ਜਿਹੀਆਂ ਸਟੇਟਮੈਂਟਾਂ ਨਹੀਂ ਜਾਰੀ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਲੋਕਾਂ ਦੇ ਮਨ ਨੂੰ ਇੰਨੀ ਗਹਿਰੀ ਠੇਸ ਪਹੁੰਚੇ? ਉਹ ਕੀ ਸੰਦੇਸ਼ ਦੇਣਾ ਚਾਹੁੰਦਾ? ਮੈਂ ਰਾਹੁਲ ਗਾਂਧੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਤੂੰ ਜੋ ਹੋਣਾ ਸੀ ਹੋ ਗਿਆ, ਹੁਣ 84 ਦਾ ਕੀ ਕਰੀਏ? ਇਹਦਾ ਮਤਲਬ ਕਿ ਅੱਜ ਵੀ ਤੁਸੀਂ ਉਹਨਾਂ ਹਥਿਆਰਿਆਂ ਦੇ ਨਾਲ ਡਟ ਕੇ ਖੜ੍ਹੇ ਹੋ ਜਿਨ੍ਹਾਂ ਨੇ ਹਜ਼ਾਰਾਂ ਮਾਸੂਮ ਸਿੱਖਾਂ ਦਾ, ਬੀਬੀਆਂ ਦਾ, ਬੱਚਿਆਂ ਦਾ ਕਤਲੇਆਮ ਕੀਤਾ। ਹੁਣ ਤਾਂ ਤੁਹਾਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਤੁਸੀਂ ਸ਼੍ਰੀ ਅੰਮ੍ਰਿਤਸਰ ਦੀ ਧਰਤੀ 'ਤੇ ਆ ਕੇ ਫਿਰ ਇੱਕ ਵਾਰੀ ਸਿੱਖਾਂ ਦੇ ਅੱਲੇ ਜ਼ਖਮਾਂ ਦੇ ਉੱਤੇ ਲੰਗ ਛਿੜਕ ਰਹੇ। ਮੈਂ ਤਾਂ ਮੰਗ ਕਰਦਾ ਕਿ ਇਹਦੇ ਖਿਲਾਫ਼ ਕੇਸ ਦਰਜ ਹੋਣਾ ਚਾਹੀਦਾ, ਭਾਵਨਾਵਾਂ ਹਟ ਕਰਨ ਦਾ, ਕਿ ਇਹ ਲੋਕ ਅੱਜ ਵੀ ਆ ਕੇ ਗੰਦੀ ਰਾਜਨੀਤੀ ਆਪਣੀ ਖੇਡਣ ਵਾਸਤੇ ਇਹੋ ਜਿਹੇ ਘਟੀਆ ਅਤੇ ਬੇਹੂਦਾ ਬਿਆਨ ਦਿੰਦੇ। ਚਪੇੜ ਜਾਂ ਜੁੱਤਾ ਮਾਰਨ ਵਾਲੇ ਨੂੰ ਮੈਂ ਜਸਟੀਫਾਈ ਨਹੀਂ ਕਰ ਸਕਦਾ, ਲੇਕਿਨ ਇਹਨਾਂ ਲੀਡਰਾਂ ਨੂੰ ਤਾਂ ਸਮਝ ਆਉਣਾ ਚਾਹੀਦਾ ਹੈ ਕਿ ਦੇਸ਼ ਦੀ ਜਨਤਾ ਦਾ, ਦੇਸ਼ ਦੀ ਸੈਨਾ ਦਾ ਅਪਮਾਨ ਕਰਨ ਦਾ ਕਿੰਨਾ ਰੋਸ ਜਨਤਾ 'ਚ ਹੈ। ਨਵਜੋਤ ਸਿੰਘ ਸਿੱਧੂ ਨੂੰ ਸਮਝ ਆਉਣਾ ਚਾਹੀਦਾ ਹੈ ਕਿ ISI ਦੇ ਚੀਫ ਦਾ ਜੱਫੀ ਪਾ ਕੇ, ਪਾਕਿਸਤਾਨ ਦੇ ਗੁਣਗਾਨ ਕਰਕੇ ਲੋਕਾਂ ਦੇ ਮਨ 'ਚ ਸਿੱਧੂ ਅੱਜ ਖਲ ਨਾਇਕ ਬਣ ਚੁੱਕਾ। ਜਨਤਾ ਦੇ ਮਨ 'ਚ ਆਕਰੋਸ਼ ਹੈ। ਜਨਤਾ ਨਵਜੋਤ ਸਿੰਘ ਸਿੱਧੂ ਹੋਵੇ ਜਾਂ ਕੇਜਰੀਵਾਲ ਹੋਵੇ, ਜਿਨ੍ਹਾਂ ਨੇ ਦੇਸ਼ ਦੀ ਸੈਨਾ ਦਾ ਅਪਮਾਨ ਕੀਤਾ, ਜਿਨ੍ਹਾਂ ਨੇ ਲਾਸ਼ਾਂ 'ਤੇ ਰੋਟੀਆਂ ਸੇਕੀਆਂ, ਦੇਸ਼ ਦੇ ਸੈਨਾ ਦੇ ਵੀਰਾਂ ਦੇ ਸ਼ੌਰਿਆਂ ਨੂੰ ਘਾਟ ਆਂਕਿਆ ਔਰ ਪਾਕਿਸਤਾਨ ਦੀ ਭਾਸ਼ਾ ਬੋਲੀ ਹੈ, ਜਨਤਾ ਦੇ ਮਨ 'ਚ ਕੀ ਹੈ ਇਹ ਇਹ ਤੋਂ ਸਮਝ ਆਉਂਦਾ। ਬਹੁਤ ਜੋਸ਼ ਹੋ ਗਿਆ, ਬਹੁਤ ਜੋਸ਼ ਹੋ ਗਿਆ ਲੋਕਾਂ 'ਚ। ਉਹ ਜਿਹੜਾ ਇੰਸੀਡੈਂਟ ਆ ਪਿੱਛੋਂ ਵਾਪਰਿਆ, ਬਹੁਤ ਵਧੀਆ ਮੀਟਿੰਗ ਹੋਈ ਮੇਰੀ, 600 ਬੰਦਾ ਸੀ, ਪੂਰਾ ਅੱਧਾ ਘੰਟਾ ਬੋਲੀ ਮੈਂ, ਸਭ ਕੁਝ ਹੋਇਆ। ਜਿਹੜਾ ਅੰਸਲ ਪਿੱਛੇ ਸੀ ਉਹ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਖੜ੍ਹਾ ਕੀਤਾ ਔਰ ਉਸ ਦੇ ਬਾਅਦ ਸਾਡੇ ਬੰਦਿਆਂ ਦੇ ਨਾਲ ਉਹਨਾਂ ਦੀ ਝੜਪ ਹੋ ਗਈ। ਉਹ ਹੋਣੀ ਨਹੀਂ ਚਾਹੀਦੀ ਸੀ, ਪਰ ਮੀਟਿੰਗ ਮੇਰੀ ਬਹੁਤ ਵਧੀਆ ਹੋ ਗਈ, ਮੈਂ ਨਿਕਲ ਗਈ ਸੀ ਜਦ ਇਹ ਗੱਲ ਹੋਈ ਹੈ ਉਸ ਦੇ ਬਾਅਦ। ਦੇਖੋ, ਕਹਿੰਦੇ ਅਕਾਲੀਆਂ ਦਾ ਸੀ,
ਪਰ ਚਲੋ ਇਲੈਕਸ਼ਨਾਂ 'ਚ ਗੱਲਾਂ ਹੋ ਜਾਂਦੀਆਂ, ਜਿਹੜਾ ਬਖਲਾ ਜਾਂਦਾ ਨਾ ਉਹ ਇਹਨਾਂ ਹਰਕਤਾਂ 'ਤੇ ਆ ਜਾਂਦਾ। ਇਹ ਗੱਲ ਹੋਣੀ ਨਹੀਂ ਚਾਹੀਦੀ। ਅਸੀਂ ਉਹਨਾਂ ਦੀ ਮੀਟਿੰਗ ਨਹੀਂ ਡਿਸਟਰਬ ਕਰਦੇ ਕਿਸੇ ਦੀ, ਉਹਨਾਂ ਨੂੰ ਸਾਡੀ ਨਹੀਂ ਕਰਨੀ ਚਾਹੀਦੀ। ਪਰ ਮੀਟਿੰਗ ਸਾਡੀ ਬਹੁਤ ਧੜੱਲੇਦਾਰ ਸੀ ਔਰ ਮੈਂ ਪੂਰਾ ਖੁੱਲ੍ਹ ਕੇ ਅੱਧਾ ਘੰਟਾ ਬੋਲ ਕੇ ਤਾਂ ਗਈ ਆ। ਉਹਦੇ ਬਾਅਦ ਉਹਨਾਂ ਨੇ ਆਪਸ ਦੇ ਵਿੱਚ ਲਾਕਡਾਊਨ ਦੇ ਵਿੱਚ ਕੁਛ ਕੀਤਾ ਪਰ ਸੌਰਟ ਆਊਟ ਹੋ ਗਿਆ। ਮੇਰੇ ਖਿਆਲ 'ਚ ਇੱਥੇ ਤਾਂ ਨਹੀਂ ਫਰਕ ਪਊ, ਨਾ ਦੇਸ਼ 'ਚ ਇੰਨਾ ਫਰਕ ਪੈ ਰਿਹਾ। 5 ਸਾਲ ਪਹਿਲੇ ਹੋਰ ਗੱਲ ਸੀ, ਅੱਜ ਹੁਣ ਹੋਰ ਗੱਲ ਹੈ। ਉਹਨਾਂ ਦਾ ਮਾਮਲਾ ਵਧੀਆ, ਬੱਚਿਆਂ ਨੂੰ ਜੇ ਦਿਲਚਸਪੀ ਹੈ ਤਾਂ ਜ਼ਰੂਰ ਕਰਨ। ਦੇਖੋ ਮੈਂ ਉਹ ਦੇਖਿਆ ਨਹੀਂ, ਉਹ ਗਲਤ ਹੈ। ਸਾਡੀ ਬਹੁਤ ਪੀੜਤ ਵਾਲੀ ਗੱਲ ਹੋਈ ਸੀ ਔਰ ਮੈਂ ਸੈਮ ਪਟਰੋਡਾ ਦੇ ਉਹਦੇ ਕਹਿ ਨਹੀਂ ਸਕਦੀ, ਉਹਦਾ ਆਪਣਾ ਕੋਈ ਪਰਸਨਲ ਵਿਊ ਹੋਊਗਾ, ਉਹ ਸਾਡਾ ਨਹੀਂ ਵਿਊ। ਤੁਸੀਂ ਇਹ ਟੈਲੀਵਿਜ਼ਨ ਵਾਲਿਆਂ ਨੂੰ ਛੱਡ ਦਿਓ, ਅਖਬਾਰ ਵਾਲਿਆਂ ਨੂੰ ਛੱਡ ਦਿਓ। ਮੈਂ ਇਹਨਾਂ ਦਾ ਵਜ਼ੀਰ ਰਿਹਾ, ਸੂਚਨਾ ਪ੍ਰਸਾਰਣ ਮੰਤਰੀ ਰਿਹਾ ਭਾਰਤ ਸਰਕਾਰ 'ਚ। ਮੈਨੂੰ ਪਤਾ ਹੈ ਕਿ ਇਹਨਾਂ ਦੀ ਜ਼ਮੀਰ ਕਿੰਨੇ ਕੁ ਪੈਸੇ 'ਚ ਵਿਕਦੀ ਹੈ। ਅਤੇ ਇਸ ਲਈ ਜਿਹੜੀ ਮੁਲਕ ਜ਼ਮੀਨੀ ਪੱਧਰ 'ਤੇ ਆਵਾਜ਼ ਆ ਰਹੀ ਹੈ, ਉਸ ਆਵਾਜ਼ ਨੂੰ ਸੁਣੋ, ਉਸ ਆਵਾਜ਼ ਸ਼ਾਮਿਲ ਹੋ ਔਰ 23 ਮਈ ਨੂੰ ਇਸ ਮੁਲਕ ਦੇ ਵਿੱਚ ਵੱਡਾ ਬਦਲਾਅ ਲੈ ਕੇ ਆਓ। ਇਹ ਬਕਵਾਸ ਮਾਰਦੇ ਜਿਹੜੇ, ਇਹ ਜਿਹੜਾ ਇਹ ਜਦੋਂ ਪਹਿਲਾਂ ਐਕਸਪੈਂਸ਼ਨ ਹੋਣੀ ਸੀ ਉਦੋਂ ਵੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਔਰ ਉਦੋਂ ਵੀ ਇਹਨਾਂ ਦਾ ਝੂਠ ਨੰਗਾ ਹੋਇਆ ਸੀ। ਅਤੇ ਜਿਸ ਕਿਸਮ ਦੀ ਝੂਠ ਬੇਸਲੈਸ ਗੱਲਾਂ ਕਰਕੇ ਇਸ ਕਿਸਮ ਦੀਆਂ ਗੱਲਾਂ ਕਰਦਾ ਮਨੀਸ਼ ਤਿਵਾੜੀ, ਇਹਦੇ ਤਾਂ ਸੌ ਇਲਜ਼ਾਮ। ਇਹ ਤਾਂ ਮਨੀਸ਼ ਤਿਵਾੜੀ ਨੇ ਲੁਧਿਆਣੇ 3 ਥਾਵਾਂ 'ਤੇ ਏਅਰਪੋਰਟ ਬਦਲ ਦੀ ਗੱਲ ਕੀਤੀ ਸੀ। ਕੇਸ ਤਾਂ ਮੈਂ ਦਰਜ ਕਰਾਊਂਗਾ ਪੁੱਤਰ ਜਦੋਂ ਪਤਾ ਲੱਗਿਆ। 3 ਥਾਵਾਂ 'ਤੇ ਮਾਨਹਾਨੀ ਦਾ ਕੇਸ ਅਸੀਂ ਕਰਾਂਗੇ ਅਤੇ ਨਾਲ ਇਹਦੇ 'ਤੇ ਵੀ ਕੇਸ ਦਰਜ ਕਰਾਵਾਂਗੇ, ਲੁਧਿਆਣੇ ਦੇ ਲੋਕਾਂ ਨਾਲ ਕਿਵੇਂ ਚੀਟਿੰਗ ਕੀਤੀ ਸੀ। 3 ਵਾਰੀ ਏਅਰਪੋਰਟ ਦੀ ਬਦਲੀ ਕਰਦਾ ਰਿਹਾ ਵੀ ਇੱਥੇ ਬਣੂਗਾ, ਪੈਸੇ ਲੈ ਲਏ ਲੋਕਾਂ ਤੋਂ, ਫਿਰ ਕਹਿੰਦਾ ਦੂਜੀ ਥਾਂ ਬਣੂ, ਫਿਰ ਪੈਸੇ ਲੈ ਲਏ, ਫਿਰ ਕਹਿੰਦਾ ਤੀਜੀ ਥਾਂ 'ਤੇ ਬਣੂਗਾ। ਇਹ ਕੋਈ ਨਾ ਵਕਤ ਆਉਣ 'ਤੇ ਸਾਰਾ ਕੁਝ ਦੱਸਾਂਗੇ, ਪਰ ਹੁਣ ਮਾਨਹਾਨੀ ਦਾ ਕੇਸ ਅਸੀਂ ਇਹਦੇ 'ਤੇ ਦਰਜ ਕਰਾਂਗੇ। ਤੁਹਾਡਾ ਨਾਂ ਲੈ ਕੇ ਹੈਲਪ ਦੀ ਮੰਗ ਕਰ ਰਿਹਾ, ਮਲੇਸ਼ੀਆ ਭੇਜਿਆ ਗਿਆ ਸੀ ਏਜੰਟਾਂ ਵੱਲੋਂ, ਅਤੇ ਕਿਹਾ ਕੰਮ ਹੋਰ ਸੀ ਅਤੇ ਹੋਰ ਕਰਵਾ ਰਹੇ ਅਤੇ ਕੁੱਟਮਾਰ ਕੀਤੀ ਹੈ। ਕਿਉਂਕਿ 5 ਸਾਲ ਤੋਂ ਮੈਂ ਆਪ ਵੀ ਖੁਦ ਵੀ ਲਾਈਵ ਹੋ ਕੇ ਸੋਸ਼ਲ ਮੀਡੀਆ 'ਤੇ ਕਹਿੰਦਾ ਰਿਹਾ ਕਿ ਕਿਰਪਾ ਕਰਕੇ ਆਹ ਮਲੇਸ਼ੀਆ, ਸਿੰਗਾਪੁਰ, ਸਾਊਦੀ ਅਰਬ, ਮਸਕਟ, ਲੀਬੀਆ, ਅਰਮੀਨੀਆ ਵਗੈਰਾ ਨਾ ਜਾਓ, ਪੂਰੀ ਜਾਂਚ ਪੜਤਾਲ ਕਰਕੇ ਜਾਓ। ਇੱਕ ਮੇਰੇ ਪਿੰਡ ਦਾ ਹੀ ਮੁੰਡਾ ਸਤੌਜ ਦਾ, ਉਹ 2.5 ਲੱਖ ਰੁਪਏ ਦੇ ਕੇ ਮਲੇਸ਼ੀਆ ਨੂੰ ਲੈ ਗਏ ਅਤੇ ਉੱਥੇ ਜਾ ਕੇ ਉਹ ਫਸ ਗਿਆ ਅਤੇ ਜੋ ਸੁਪਨੇ ਉਹਨੂੰ ਦਿਖਾਏ ਸੀ ਉਹ ਪੂਰੇ ਨਹੀਂ ਹੋਏ। ਪਰ ਮੇਰੇ ਕੋਲ ਪਾਸਪੋਰਟ ਵਗੈਰਾ ਉਹਦਾ ਆ ਗਿਆ, ਮੈਂ ਅੱਜ ਹੀ ਵਿਦੇਸ਼ ਮੰਤਰਾਲੇ ਨੂੰ ਉਹ ਭੇਜ ਰਿਹਾ ਅਤੇ ਉਹਨੂੰ ਸੁਰੱਖਿਅਤ ਵਾਪਸ ਲਿਆਵਾਂਗੇ। ਹੋਰ ਵੀ ਮੇਰੇ ਕੋਲ ਵੀਡੀਓਜ਼ ਹਰ ਰੋਜ਼ ਆਉਂਦੀਆਂ ਨੇ। ਇੱਕ ਹੋਰ ਵੀਡੀਓ ਆਈ ਹੈ ਮੇਰੇ ਕੋਲ ਕੁਵੈਤ ਦੇ ਵਿੱਚ, 15 ਮੁੰਡੇ ਪੰਜਾਬ ਦੇ ਨੇ, 20 ਯੂਪੀ ਦੇ ਨੇ, 5 ਆਂਧਰਾ ਪ੍ਰਦੇਸ਼ ਦੇ ਨੇ, ਉਹਨਾਂ ਦੇ ਵੀ ਮੇਰੇ ਕੋਲ ਪਾਸਪੋਰਟ ਆ ਰਹੇ ਨੇ ਅਤੇ ਮੈਂ ਉਹਨਾਂ ਨੂੰ ਵੀ ਬਚਾਊਂਗਾ ਜੀ। ਹਿੰਦੁਸਤਾਨ ਦਾ ਅਤੇ ਮੋਦੀ ਸਾਹਿਬ ਦਾ ਬਹੁਤ ਵੱਡਾ ਸਤਿਕਾਰ ਹੈ। ਅੱਜ ਮੁਲਕ ਮੋਦੀ ਸਾਹਿਬ ਦੇ ਰਾਜ ਵਿੱਚ ਸਰਕਾਰ ਸੇਵਾ ਦੇ ਦੌਰਾਨ ਜਿਹੜੇ 5 ਮੁਲਕ ਗਿਣੇ ਜਾਂਦੇ ਆ ਜਿਹੜੇ ਤਰੱਕੀ ਕਰ ਰਹੇ ਬਹੁਤ ਤੇਜ਼ੀ ਨਾਲ, ਫਾਸਟ ਡਿਵੈਲਪਿੰਗ ਕੰਟਰੀਜ਼, ਉਹਦੇ 'ਚ ਮੋਦੀ ਸਾਹਿਬ ਨੇ ਲੈ ਆਂਦਾ ਹੈ। ਅੱਜ ਮਿਲਟਰੀ ਪਾਵਰ ਜਿਹੜੀ ਹੈ, 6 ਮੁਲਕ ਜਿਨ੍ਹਾਂ ਦੀ ਸਭ ਦੀ ਮਿਲਟਰੀ ਪਾਵਰ ਹੈ, ਉਹਦੇ 'ਚ ਹਿੰਦੁਸਤਾਨ ਨੂੰ ਮੋਦੀ ਸਾਹਿਬ ਨੇ ਲੈ ਆਂਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਬਹੁਤ ਚੰਗੀਆਂ ਸਕੀਮਾਂ ਚਾਲੂ ਕੀਤੀਆਂ। ਸਿਖਰ ਹੋਇਆ ਸੀ ਸਵੱਛ ਭਾਰਤ ਦਾ, ਲੈਟਰਨ ਅਤੇ ਹੋਰ ਸਾਰਾ ਇੰਤਜ਼ਾਮ ਕੀਤਾ ਸਾਰੇ ਦੇਸ਼, ਸਾਰੇ ਦੇਸ਼ ਦੇ ਗਰੀਬ ਭਰਾਵਾਂ ਨੂੰ ਚੁੱਲ੍ਹੇ, ਗੈਸ ਕਨੈਕਸ਼ਨ ਅਤੇ ਬਲਬ ਦਿੱਤੇ, ਮਤਲਬ ਆਪਦੀ ਖਰਚ ਦੇ ਗਰੀਬਾਂ ਦੇ ਘਰਾਂ 'ਚ ਬਿਜਲੀ ਉੱਥੇ ਲਵਾਈ। ਬੇਰੁਜ਼ਗਾਰੀ ਦੂਰ ਕਰਨ ਵਾਸਤੇ ਸਕਿੱਲ ਮਿਸ਼ਨ ਦੇ ਅਧੀਨ ਸਕਿੱਲ ਸੈਂਟਰ ਬਣਨੇ ਸ਼ੁਰੂ ਹੋਏ ਔਰ ਇਸੇ ਤਰ੍ਹਾਂ ਮੇਕ ਇਨ ਇੰਡੀਆ ਜਾਂ ਇਹੋ ਜਿਹੀਆਂ ਸਕੀਮਾਂ ਦਰਜਨਾ ਸ਼ੁਰੂ ਕੀਤੀਆਂ ਜਿਹਦੇ ਨਾਲ ਦੇਸ਼ ਵਿੱਚ ਇੱਕ ਨਵਾਂ ਤਰੱਕੀ ਦਾ ਮਾਹੌਲ ਜਿਹੜਾ ਉਹ ਪੈਦਾ ਹੋਇਆ। ਔਰ 23 ਮਈ ਕੋ ਇਸ ਚੁਣਾਵ ਕੇ ਨਤੀਜੇ ਆਏਗੇ, ਇਸ ਸਮੇਂ ਤੋਂ ਚੁਣਾਵ ਕੇ ਪਰਿਣਾਮ ਆ ਚੁੱਕੇ ਹੋਣਗੇ।
और 23 मई को जब फिर एक बार मोदी सरकार आएगी तो अभी जो नियम है कि 5 एकड़ और उससे कम वाले किसानों को मिलेगा, 23 फरवरी के बाद हमारी सरकार दोबारा आने के बाद इस नियम को हटा दिया जाएगा और सभी किसानों के खाते में पैसा देना शुरू हो जाएगा। तुसी ये टेलीविजन वाले नु छड़ दियो, अखबार वाले नु छड़ दियो, मैं इन्हां दा वजीर रहा, सूचना प्रसारण मंत्री रहा भारत सरकार, मैनू पता है कि इन्हां दी जमीन किन्ने पैसे च बिकदी है। ते इसलिए जिहड़ी मुल्क जमीनी पद्धर ते आवाज आ रही है, उस आवाज नु सुनो, उस आवाज शामिल हो और 23 मई नु इस मुल्क दे विच वड्डा बदलाव लेके आ। 5 करोड़ परिवारों के बैंक अकाउंट में डायरेक्ट। अच्छा, यहाँ जो महिलाएं आई हैं, बहुत सारे पुरुष आए हैं, देखिए भाइयों मुझसे गुस्सा मत होना, मैं पहले ही बोल देता हूं, बाद में मेरे पास मत आना। 5 करोड़ परिवारों को जो पैसा जाएगा, हमारी माताएं और बहनों के बैंक अकाउंट में जाएगा। बाद में मत कहना ये क्या कर दिया, हमने निर्णय लिया है, क्योंकि हम जानते हैं कि जो हमारी बहनें हैं, हमारी माताएं हैं, उनकी लॉन्ग टर्म प्लानिंग होती है। जैसे चंडीगढ़ बनाया गया, प्लानिंग करके बनाया गया, जैसे हमने 72,000 रुपए प्लानिंग करके आपको देने का काम किया, वैसे ही हम चाहते हैं कि हिंदुस्तान की माताएं और बहनें इस 72,000 रुपए के साथ परिवार की फाइनेंशियल प्लानिंग करें। और हम जानते हैं कि प्लानिंग करने में हमारी माताएं बहनें पुरुषों से भाइयों से आगे हैं।